नमस्कार दोस्तों, लेके हाजिर हाँ प्रोग्राम खास खबर एक नज़र। तुसी जानते हो कि इस खास प्रोग्राम दे विच असीं करदे हां चर्चा अखबारां दीआं खास खास खबरां ते, और कोशिश करदे हां इन्हां खबरां दी तह तक जाण दी। इस लई असीं अज अपने स्टूडियो विच सद्दा दित्ता है चलंत मामले दे माहर ते पंजाबी जागरण अखबार दे न्यूज़ कोआर्डीनेटर श्री अरुणदीप जी नूं। अरुणदीप जी, बहुत बहुत स्वागत तुहाडे स्टूडियो विच। धन्नवाद बंसल जी। सो अज दीआं खास खबरां दे विच पहली खबर जिहड़ी है ओह पाकिस्तान तों है। कौमांतरी पद्धर ते पाकिस्तान दे उत्ते अतवाद दे खिलाफ कार्रवाई करन दे लई वधे होए दबाअ दे तहत पाकिस्तान ने कल अतवादी संगठन जैश ए मुहम्मद के जड़े मुखी ने मसूद अजहर उन्होंने भरा और पुत्र समेत 40 जड़े सी कारकुन इस जथेबंदी के उन्होंने गिरफ्तार किया है। अरुणदीप जी, ये पहली बार नहीं है, पहला भी कई बार पाकिस्तान के वालों यहोजी कार्रवाइया की जाने नज़रबंद कर दिता जाता है इन संगठन के कारकुनों। तो ये जो हम गिरफ़्तार किया गया है इस संदर्भ के उस सरकार दे वल्लों कीता गया है जिसते प्रधानमंत्री इमरान खान हुणी बार बार शांति दे बारे च गल्लां कर रहे ने और कह रहे ने कि अतवाद जिहड़ा उहनूं सहन नहीं कीता जाएगा। इस संदर्भ दे विच हुण जिहड़ी इह कारवाई पाकिस्तान दे वल्लों कीती गई है किस तरह देखदे हो तुसीं? बंसल जी, गल इहदे विच बड़ी स्पष्ट है कि पाकिस्तान वल्लों भारत नूं लगातार इह कहा जा रहा सी कि गल्लबात दी टेबल ते बैठा जावे ते कोई ਆਪਾਂ ਅੱਤਵਾਦ ਜਾਂ ਬਾਕੀ ਜਿਹੜੇ ਸ਼ਾਂਤੀ ਬਹਾਲੀ ਦੇ ਮੁੱਦੇ ਨੇ ਉਹਨਾਂ 'ਤੇ ਗੱਲ ਕੀਤੀ ਜਾਵੇ ਜੀ। ਪਰ ਇਹਦੇ ਬਾਵਜੂਦ ਭਾਰਤ ਵੱਲੋਂ ਲਗਾਤਾਰ ਇਸ ਮਸਲੇ 'ਤੇ ਇਨਕਾਰ ਕੀਤਾ ਜਾ ਰਿਹਾ ਸੀ ਕਿ ਗੱਲਬਾਤ ਅਤੇ ਅੱਤਵਾਦ ਦੋਵੇਂ ਇਕੱਠੇ ਨਹੀਂ ਚੱਲ ਸਕਦੇ। ਬਿਲਕੁਲ। ਅਤੇ ਜਦੋਂ ਪੁਲਵਾਮਾ ਦੇ ਵਿੱਚ ਅਟੈਕ ਹੁੰਦਾ ਆ ਅਤੇ ਉਸ ਤੋਂ ਬਾਅਦ ਭਾਰਤ ਵੱਲੋਂ ਏਅਰ ਸਟ੍ਰਾਈਕ ਕੀਤੀ ਜਾਂਦੀ ਆ ਅਤੇ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹਨੂੰ ਭਾਰਤੀ ਏਅਰਫੋਰਸ ਅਸਫਲ ਬਣਾਉਂਦੀ ਆ। ਉਸ ਤੋਂ ਬਾਅਦ ਜਿਹੜੇ ਤਣਾਅ ਦੀ ਸਥਿਤੀ ਪੈਦਾ ਹੁੰਦੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਗੱਲਬਾਤ ਚੱਲਦੀ ਆ। ਭਾਰਤ ਵੱਲੋਂ ਜਿਹੜਾ ਡਿਪਟੀ ਹਾਈ ਕਮਿਸ਼ਨ ਪਾਕਿਸਤਾਨ ਦਾ ਜਿਹਨੂੰ ਤਲਬ ਕੀਤਾ ਜਾਂਦਾ ਹੈ ਅਤੇ ਉਹਨੂੰ ਫਿਰ ਜਿਹੜਾ ਡੋਜ਼ੀਅਰ ਸੌਂਪਿਆ ਜਾਂਦਾ ਆ ਅਤੇ ਉਸ ਡੋਜ਼ੀਅਰ ਦੇ ਵਿੱਚ ਪੁਲਵਾਮਾ ਅਟੈਕ ਦੀ ਗੱਲ ਕੀਤੀ ਜਾਂਦੀ ਆ ਜੀ। ਅਤੇ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਹ ਕਹਿੰਦੇ ਵੀ ਭਾਰਤ ਨੇ ਜਿਹੜਾ ਸਾਨੂੰ ਡੋਜ਼ੀਅਰ ਦਿੱਤਾ ਉਹਦੇ ਆਧਾਰ 'ਤੇ ਜਿਹੜਾ ਪੁਲਵਾਮਾ ਅਟੈਕ ਹੋਇਆ ਉਹਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹਨਾਂ 'ਤੇ ਅਸੀਂ ਕਾਰਵਾਈ ਕਰਾਂਗੇ, ਉਹਨਾਂ ਨੇ ਇਹ ਭਰੋਸਾ ਦਿੱਤਾ ਸੀਗਾ। ਉਸ ਤੋਂ ਬਾਅਦ ਪਾਕਿਸਤਾਨ ਨੇ ਹੁਣ ਕੱਲ੍ਹ ਆਪਣੇ ਜੈਸ਼ੇ ਮੁਹੰਮਦ ਦੇ ਜਿਹੜੇ 44 ਕਾਰਕੁਨ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹਦੇ 'ਚ ਮਸੂਦ ਅਜ਼ਹਰ ਜਿਹੜਾ ਦੁਨੀਆ ਦਾ ਮੋਸਟ ਵਾਂਟਡ ਅੱਤਵਾਦੀ ਆ ਉਹਦਾ ਭਰਾ ਅਤੇ ਉਹਦਾ ਪੁੱਤਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਜੀ। ਦੂਜੇ ਪਾਸੇ ਭਾਰਤੀ ਏਜੰਸੀਆਂ ਨੇ ਇਸ ਗੱਲ 'ਤੇ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਕਿਉਂਕਿ ਉਹਨਾਂ ਦਾ ਇਹ ਮੰਨਣਾ ਆ ਕਿ ਪਾਕਿਸਤਾਨ ਕਿਸੇ ਵੀ ਵੱਡੀ ਅੱਤਵਾਦੀ ਕਾਰਵਾਈ ਤੋਂ ਬਾਅਦ ਇੱਦਾਂ ਦੇ ਜਿਹੜੇ ਜੁਮਲੇ ਛੱਡਦਾ ਰਹਿੰਦਾ ਆ, ਬਲਕਿ ਉਹ ਇਹ ਅਜਿਹੇ ਲੋਕਾਂ ਨੂੰ ਸੁਰੱਖਿਆ ਛਤਰੀ ਪ੍ਰਦਾਨ ਕਰਦਾ, ਕੋਈ ਗ੍ਰਿਫਤਾਰੀ ਨਹੀਂ ਕਰਦਾ ਜਾਂ ਉਹਨਾਂ 'ਤੇ ਕੋਈ ਕੇਸ ਨਹੀਂ ਚਲਾਉਂਦਾ, ਇਹ ਉਹਨਾਂ ਨੂੰ ਸੁਰੱਖਿਆ ਛਤਰੀ ਦੇਣ ਦੇ ਮੱਦੇਨਜ਼ਰ ਹੀ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ। ਅਸਲ ਦੇ ਵਿੱਚ ਤਾਂ ਪਾਕਿਸਤਾਨ ਦੀ ਨੀਤ ਦੇ ਵਿੱਚ ਖੋਟ ਆ, ਇਹ ਸਾਡੀਆਂ ਏਜੰਸੀਆਂ ਦਾ ਕਹਿਣਾ ਆ। ਕਿਸੇ ਹੱਦ ਤੱਕ ਸਾਡੀਆਂ ਏਜੰਸੀਆਂ ਦੀ ਇਹ ਗੱਲ ਠੀਕ ਵੀ ਆ ਕਿਉਂਕਿ ਹਾਲਾਤ ਦੇ ਵਿੱਚ ਕੋਈ ਸਿਫਤੀ ਤਬਦੀਲੀ ਨਹੀਂ ਆ ਰਹੀ ਜੀ। ਕਸ਼ਮੀਰ ਇੱਕ ਅਜਿਹਾ ਇਸ਼ੂ ਬਣ ਚੁੱਕਾ ਦੋਵਾਂ ਮੁਲਕਾਂ ਦੇ ਦਰਮਿਆਨ ਕਿ ਇਹ ਸੁਲਝਣ ਦਾ ਨਾਂ ਹੀ ਨਹੀਂ ਲੈ ਰਿਹਾ, ਅਤੇ ਭਾਰਤ ਲਗਾਤਾਰ ਪਾਕਿਸਤਾਨ ਨੂੰ ਇਸ ਗੱਲ ਦੀ ਚੇਤਾਵਨੀ ਦਿੰਦਾ ਆ ਰਿਹਾ ਕਿ ਕਸ਼ਮੀਰ ਦੇ ਮਸਲੇ 'ਤੇ ਉਹ ਆਪਣੀ ਦਖਲਅੰਦਾਜ਼ੀ ਬੰਦ ਕਰੇ ਅਤੇ ਉੱਥੇ ਅੱਤਵਾਦ ਨੂੰ ਉਤਸ਼ਾਹਿਤ ਕਰਨਾ ਬੰਦ ਕਰੇ ਜੀ। ਪਰ ਪਾਕਿਸਤਾਨ ਵੱਲੋਂ ਇਸ ਪਾਸੇ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਜਦੋਂ ਕਿ ਅੰਤਰਰਾਸ਼ਟਰੀ ਪੱਧਰ 'ਤੇ ਦਬਾਅ ਵਧਿਆ ਆ, ਅਮਰੀਕਾ ਨੇ ਵੀ ਪਾਕਿਸਤਾਨ ਨੂੰ ਘੁਰਕੀ ਮਾਰੀ ਆ ਅਤੇ ਚੀਨ ਨੇ ਵੀ ਘੁਰਕੀ ਮਾਰੀ ਆ, ਤਾਂ ਪਾਕਿਸਤਾਨ ਇਸ ਮਸਲੇ 'ਤੇ ਥੋੜ੍ਹਾ ਜਿਹਾ ਸਰਗਰਮ ਦੇਖ ਰਿਹਾ ਆ। ਇਹ ਸਰਗਰਮੀ ਕਿੰਨੀ ਦੇਰ ਰਹਿੰਦੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਘੱਟੋ ਘੱਟ ਅੰਤਰਰਾਸ਼ਟਰੀ ਦਬਾਅ ਅਤੇ ਭਾਰਤੀ ਕੂਟਨੀਤੀ ਦਾ ਇਹ ਅਸਰ ਜ਼ਰੂਰ ਆ ਕਿ ਪਾਕਿਸਤਾਨ ਨੂੰ ਇੱਕ ਵਾਰ ਹੱਥਾਂ ਪੈਰਾਂ ਦੀਆਂ ਜ਼ਰੂਰ ਪਈਆਂ ਹੋਈਆਂ ਨੇ। ਇੱਕ ਅਸੀਂ ਇਹ ਵੀ ਜਾਣਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਸੱਤਾ ਦਾ ਕੇਂਦਰ ਆਮ ਕਰਕੇ ਚੁਣੀ ਹੋਈ ਸਰਕਾਰ ਨਹੀਂ ਹੁੰਦੀ, ਉੱਥੇ ISI ਜਾਂ ਉੱਥੋਂ ਦੀ ਫੌਜ ਜਿਹੜੀ ਹੈ ਉਹਦਾ ਪ੍ਰਭਾਵ ਜਿਹੜਾ ਵਧੇਰੇ ਰਹਿੰਦਾ ਹੈ। ਲੇਕਿਨ ਜਿਹੜੇ ਚੁਣੇ ਹੋਏ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਕੁਛ ਮੰਸ਼ਾ ਜਿਸ ਤਰ੍ਹਾਂ ਉਹਨਾਂ ਦੇ ਬਿਆਨ ਆ ਰਹੇ ਨੇ ਉਹਨਾਂ ਤੋਂ ਵੱਖਰੀ ਜਾਪਦੀ ਹੈ, ਜਾਪਦਾ ਹੈ ਕਿ ਉਹਨਾਂ ਦੀ ਜਿਹੜੀ ਇੱਕ ਡਿਟਰਮੀਨੇਸ਼ਨ ਹੈ ਇਸ ਪਾਸੇ ਕਿ ਅੱਤਵਾਦ ਨੂੰ ਖਤਮ ਕਰਨਾ ਜਾਂ ਕਿੱਦਾਂ ਆਉਣ ਵਾਲੇ ਸਮੇਂ 'ਚ ਕੁਝ ਨਾ ਕੁਝ ਰੰਗ ਲਿਆ ਸਕਦੀ ਹੈ। ਦੇਖੋ, ਇਹਦੇ ਵਿੱਚ ਜਦੋਂ ਇਮਰਾਨ ਖਾਨ ਉੱਥੇ ਦੇ ਵਜ਼ੀਰ ਆਜ਼ਮ ਬਣੇ ਪਾਕਿਸਤਾਨ ਦੇ, ਤਾਂ ਇਮਰਾਨ ਖਾਨ ਉਦੋਂ ਤੋਂ ਹੀ ਕਹਿੰਦੇ ਆ ਰਹੇ ਆ ਕਿ ਸਾਨੂੰ ਗੱਲਬਾਤ ਦੀ ਟੇਬਲ 'ਤੇ ਜਾਣਾ ਚਾਹੀਦਾ, ਸਾਨੂੰ ਦੋਵਾਂ ਮਸਲਿਆਂ ਦੇ ਦੋਵਾਂ ਮੁਲਕਾਂ ਦੇ ਜਿਹੜੇ ਸੰਬੰਧ ਨੇ ਉਹਨਾਂ ਨੂੰ ਬਿਹਤਰ ਬਣਾਉਣ ਦੇ ਲਈ ਕੰਮ ਕਰਨਾ ਚਾਹੀਦਾ ਆ। ਪਰ ਭਾਰਤ ਵੱਲੋਂ ਲਗਾਤਾਰ ਇਹੀ ਗੱਲ ਦੁਹਰਾਈ ਜਾਂਦੀ ਰਹੀ ਹੈ ਕਿ ਅੱਤਵਾਦ ਅਤੇ ਗੱਲਬਾਤ ਅਤੇ ਨਾਲ ਸ਼ਾਂਤੀ ਦੇ ਜਿਹੜੇ ਯਤਨ ਆ ਨਾਲੋਂ ਨਾਲ ਨਹੀਂ ਚੱਲ ਸਕਦੇ। ਪਹਿਲਾਂ ਪਾਕਿਸਤਾਨ ਨੂੰ ਆਪਣੀਆਂ ਅੱਤਵਾਦੀ ਗਤੀਵਿਧੀਆਂ ਜਿਹੜੀਆਂ ਨੇ ਉਹ ਬੰਦ ਕਰਨੀਆਂ ਚਾਹੀਦੀਆਂ।
ਪਾਕਿਸਤਾਨ ਵੱਲੋਂ ਜਦੋਂ ਇਹ ਅਜਿਹੀਆਂ ਮਤਲਬ ਕਾਰਵਾਈਆਂ ਨਹੀਂ ਬੰਦ ਕੀਤੀਆਂ ਜਾ ਰਹੀਆਂ ਤਾਂ ਭਾਰਤ ਵੱਲੋਂ ਸਖ਼ਤ ਸਟੈਂਡ ਲਏ ਗਏ ਅਤੇ ਨਾਲ ਦੀ ਨਾਲ ਜਿਹੜਾ ਇਮਰਾਨ ਖਾਨ ਦਾ ਅਕਸ ਆ ਉੱਥੇ ਇੱਕ ਬਿਨਾਂ ਸ਼ੱਕ ਬਹੁਤ ਚੰਗਾ ਅਕਸ ਆ। ਅੰਤਰਰਾਸ਼ਟਰੀ ਪੱਧਰ 'ਤੇ ਵੀ ਇਮਰਾਨ ਖਾਨ ਦਾ ਅਕਸ ਇੱਕ ਸਾਫ਼ ਸੁਥਰੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆ ਰਿਹਾ, ਪਰ ਉੱਥੇ ਦੀ ਅੱਜ ਤੱਕ ਦੀ ਜਿਹੜੀ ਓਪਰੇਟਿੰਗ ਫੋਰਸ ਆ, ਜਿਹੜੀ ਚਲਾਉਣ ਵਾਲੀ ਸ਼ਕਤੀ ਆ, ਉਹ ਉੱਥੇ ਦੀ ਫੌਜ ਰਹੀ ਆ ਅਤੇ ਉਹਦੇ ਨਾਲ ਦੀ ਨਾਲ ISI ਰਹੀ ਆ, ਜਿਹੜੀ ਉੱਥੇ ਦੀ ਖੁਫੀਆ ਏਜੰਸੀ ਆ ਜੀ। ਇਹਨਾਂ ਤੋਂ ਬਿਨਾਂ ਉੱਥੇ ਮੁਲਕ ਦੇ ਵਿੱਚ ਕਹਿੰਦੇ ਪੱਤਾ ਵੀ ਨਹੀਂ ਹਿਲਦਾ ਆ, ਤਾਂ ਪ੍ਰਧਾਨ ਮੰਤਰੀ ਤਾਂ ਦੂਜੀ ਗੱਲ ਆ। ਅਤੇ ਸੋ ਬੇਸ਼ੱਕ ਇਮਰਾਨ ਖਾਨ ਸੁਹਿਰ ਦੇ ਯਤਨ ਕਰ ਰਹੇ ਨੇ, ਪਰ ਉਹਨਾਂ ਯਤਨਾਂ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ ਜਿੰਨੀ ਦੇਰ ਤੱਕ ਫੌਜ ਇਸ ਗੱਲ ਲਈ ਸਹਿਮਤ ਨਹੀਂ ਹੁੰਦੀ ਕਿ ਭਾਰਤ ਨਾਲ ਸੰਬੰਧ ਸੁਖਾਵੇਂ ਹੋਣ। ਅਤੇ ਫੌਜ ਦੇ ਹਿੱਤ ਦੇ ਲਈ ਇਹ ਬਿਲਕੁਲ ਵੀ ਠੀਕ ਨਹੀਂ ਹੈ ਕਿ ਭਾਰਤ ਨਾਲ ਸੰਬੰਧ ਠੀਕ ਹੋਣ। ਬਿਲਕੁਲ, 44 ਜਿਹੜੇ ਕਾਰਕੁਨ ਫੜੇ ਨੇ ਜੈਸ਼ ਏ ਮੁਹੰਮਦ ਦੇ, ਉਹਨਾਂ ਨੂੰ ਸਿਰਫ ਫੜਨ ਤੱਕ, ਗ੍ਰਿਫਤਾਰ ਕਰਨ ਤੱਕ ਨਹੀਂ, ਉਹਨਾਂ ਦੇ ਖਿਲਾਫ਼ ਕੋਈ ਨਾ ਕੋਈ ਕਾਰਵਾਈ ਹੋਵੇਗੀ, ਉਹਨਾਂ ਨੂੰ ਜਿਹੜਾ ਵੀ ਸਜ਼ਾ ਹੈਗੀ ਜਦ ਤੱਕ ਨਹੀਂ ਮਿਲਦੀ ਤਦ ਤੱਕ ਪਾਕਿਸਤਾਨ ਦੀ ਕਹਿਣੀ ਅਤੇ ਕਰਨੀ ਦੇ ਉੱਤੇ ਯਕੀਨ ਜਿਹੜਾ ਨਹੀਂ ਕੀਤਾ ਜਾ ਸਕਦਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਬਾਲਾਕੋਟ ਦੇ ਉੱਤੇ ਜਿਹੜਾ ਸਰਜੀਕਲ ਸਟ੍ਰਾਈਕ ਕੀਤਾ ਗਿਆ ਸੀ, ਉਸ ਦੇ ਵਿੱਚ ਅੱਤਵਾਦੀਆਂ ਦੇ ਮਾਰੇ ਜਾਣ ਦੀ ਗਿਣਤੀ ਨੂੰ ਲੈ ਕੇ ਕਾਫੀ ਜਿਹੜਾ ਹੈ ਰੌਲਾ ਰੱਪਾ ਹੈ ਔਰ ਚਰਚਾ ਜਿਹੜੀ ਹੈ ਲਗਾਤਾਰ ਜਾਰੀ ਹੈ। ਵਿਰੋਧੀ ਧਿਰਾਂ ਮੰਗ ਕਰ ਰਹੀਆਂ ਨੇ ਕਿ ਇਹ ਦੱਸਿਆ ਜਾਵੇ, ਸਪਸ਼ਟ ਕੀਤਾ ਜਾਵੇ ਕਿ ਕਿੰਨੇ ਜਿਹੜੇ ਅੱਤਵਾਦੀ ਉਹ ਮਾਰੇ ਗਏ ਸਨ, ਕਿਉਂਕਿ ਉਸ ਹਮਲੇ ਤੋਂ ਬਾਅਦ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਵੱਖ ਵੱਖ ਗਿਣਤੀਆਂ ਜਿਹੜੀਆਂ ਸੀ ਉਹ ਦੱਸੀਆਂ ਸਨ। ਇਸ ਸੰਬੰਧ ਵਿੱਚ ਹਾਲਾਂਕਿ ਸਰਕਾਰ ਦੇ ਵੱਲੋਂ ਅਧਿਕਾਰਿਤ ਤੌਰ 'ਤੇ ਕੋਈ ਬਿਆਨ ਨਹੀਂ ਆਇਆ, ਪਰ ਅੱਜ ਖਬਰ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਹੋਣਾ ਨੇ ਕਿਹਾ ਹੈ ਕਿ ਕੁਝ ਸਮੇਂ ਬਾਅਦ ਜਾਂ ਠੀਕ ਸਮੇਂ ਬਾਅਦ ਇਸ ਗਿਣਤੀ ਦੇ ਬਾਰੇ 'ਚ ਵੀ ਪਤਾ ਲੱਗ ਜਾਵੇਗਾ। ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ? ਜੀ ਬਿਲਕੁਲ, ਇਹਦੇ ਵਿੱਚ ਬੰਸਲ ਸਾਹਿਬ, ਸਰਕਾਰ ਨੇ ਹਾਲੇ ਤੱਕ ਕੋਈ ਦਾਅਵਾ ਨਹੀਂ ਕੀਤਾ, ਜਾਂ ਸਰਕਾਰ ਦੇ ਜਿਹੜੇ ਸੱਤਾਧਾਰੀ ਧਿਰੇ ਆ ਭਾਜਪਾ ਦੇ ਆਗੂਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਆ ਕਿ ਬਾਲਾਕੋਟ ਹਮਲੇ ਦੇ ਵਿੱਚ 300 ਤੋਂ ਵੱਧ ਜਿਹੜੇ ਨੇ ਉਹ ਫਦਾਇਨ ਜਾਂ ਟ੍ਰੇਨਿੰਗ ਹਾਸਲ ਕਰਨ ਵਾਲੇ ਜਿਹੜੇ ਅੱਤਵਾਦੀ ਨੇ ਉਹ ਮਾਰੇ ਗਏ ਨੇ ਜੀ। ਇਹਨੂੰ ਲੈ ਕੇ ਭਾਰਤੀ ਮੀਡੀਆ ਅਤੇ ਅੰਤਰਰਾਸ਼ਟਰੀ ਮੀਡੀਆ ਦੀਆਂ ਆਪੋ ਆਪਣੀਆਂ ਰਾਏ ਹੈਗੀਆਂ ਨੇ। ਅੰਤਰਰਾਸ਼ਟਰੀ ਮੀਡੀਆ, ਚਾਹੇ ਉਹਦੇ ਵਿੱਚ ਨਿਊਯਾਰਕ ਟਾਈਮ ਆ, ਚਾਹੇ ਵਾਸ਼ਿੰਗਟਨ ਪੋਸਟ ਆ, ਚਾਹੇ BBC ਆ, ਇਹਨਾਂ ਸਾਰਿਆਂ ਦੀ ਰਾਏ ਬਿਲਕੁਲ ਵੱਖਰੀ ਆ। ਉਹ ਇਹਨਾਂ ਦਾਅਵਿਆਂ ਨੂੰ ਝਠਲਾਉਂਦੇ ਨੇ ਕਿ ਪਾਕਿਸਤਾਨ ਦੇ ਵਿੱਚ ਕਾਰਵਾਈ ਤਾਂ ਹੋਈ ਆ ਕਿ ਵੱਡੀ ਗਿਣਤੀ ਦੇ ਵਿੱਚ ਅੱਤਵਾਦੀ ਮਾਰੇ ਗਏ ਨੇ, ਉਹ ਇਸ ਗੱਲ ਨੂੰ ਝਠਲਾਉਂਦੇ ਨੇ। ਦੂਜੇ ਪਾਸੇ ਭਾਰਤੀ ਮੀਡੀਆ ਜਿਹੜਾ ਆ ਉਹ ਇਸ ਗੱਲ ਨੂੰ ਜ਼ੋਰ ਸ਼ੋਰ ਨਾਲ ਚੁੱਕ ਰਿਹਾ ਕਿ ਬਾਲਾਕੋਟ 'ਚ ਹਮਲੇ ਨਾਲ 300 ਤੋਂ ਵੱਧ ਲੋਕ ਮਾਰੇ ਗਏ ਨੇ। ਇਹਨੂੰ ਲੈ ਕੇ ਵਿਰੋਧੀ ਧਿਰਾਂ, ਕਾਂਗਰਸ ਸਮੇਤ ਬਾਕੀ ਜਿੰਨੀਆਂ ਵੀ ਪਾਰਟੀਆਂ ਨੇ, ਉਹ ਸਰਕਾਰ ਅਤੇ ਸੱਤਾਧਾਰੀ ਧਿਰ 'ਤੇ ਸਵਾਲ ਚੁੱਕ ਰਹੇ ਨੇ ਕਿ ਉਹਦੀ ਗਿਣਤੀ ਦੱਸੀ ਜਾਵੇ, ਉਹ ਉੱਥੇ ਕਿੰਨੇ ਲੋਕ ਮਾਰੇ ਗਏ ਨੇ। ਅਤੇ ਉਹਦੇ ਜਵਾਬ ਦੇ ਵਿੱਚ ਗ੍ਰਹਿ ਮੰਤਰੀ ਨੇ ਇਹ ਗੱਲ ਕਹੀ ਆ ਕਿ ਸਮਾਂ ਆਉਣ 'ਤੇ ਸਭ ਕੁਛ ਸਹੀ ਪਤਾ ਲੱਗ ਜਾਊਗਾ। ਅਤੇ ਨਾਲ ਦੀ ਨਾਲ ਜਿਹੜੀ ਕਾਂਗਰਸ ਆ, ਕਾਂਗਰਸ ਦੇ ਜਿਹੜੇ ਸਾਬਕਾ ਰੱਖਿਆ ਮੰਤਰੀ ਆ AK ਐਂਟਨੀ, ਉਹਨਾਂ ਨੇ ਇੱਕ ਗੱਲ ਬੜੀ ਚੰਗੀ ਕਹੀ ਆ, ਉਹ ਕਹਿੰਦੇ ਵੀ ਫੌਜ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਜਿਹੜੀਆਂ ਸਾਡੀਆਂ ਆਰਮਡ ਫੋਰਸਿਸ ਨੇ ਉਹ ਜਿਹੜਾ ਕੰਮ ਕਰ ਰਹੀਆਂ ਉਹਨਾਂ ਨੂੰ ਕਰਨ ਦਿੱਤਾ ਜਾਣਾ ਚਾਹੀਦਾ, ਅਤੇ ਉਹਨਾਂ ਦੇ ਕੰਮ ਦਾ ਕ੍ਰੈਡਿਟ ਕਿਸੇ ਵੀ ਧਿਰ ਨੂੰ ਨਹੀਂ ਲੈਣਾ ਚਾਹੀਦਾ, ਸਗੋਂ ਉਹਨਾਂ ਨੇ ਜੋ ਕੀਤਾ ਆ ਉਹਨੂੰ ਸਿਆਸਤ ਵਿੱਚ ਨਹੀਂ ਘੜੀਸਣਾ ਚਾਹੀਦਾ। ਅਤੇ ਇਹਦੇ ਇਹਨੂੰ ਲੈ ਕੇ ਸਰਕਾਰ ਕੋਲ ਕੋਈ ਜਵਾਬ ਨਹੀਂ ਹੈਗਾ, ਹਾਲਾਂਕਿ ਦੋਸ਼ ਪ੍ਰਤੀਦੋਸ਼ ਦੀ ਰਾਜਨੀਤੀ ਇਸ ਵੇਲੇ ਸਿਖਰਾਂ 'ਤੇ ਆ, ਵੋਟਾਂ ਦਾ ਸੀਜ਼ਨ ਆ, ਹਰ ਧਿਰ ਜਿਹੜੀ ਆ ਇਸ ਮਸਲੇ ਨੂੰ ਭੁਣਾਉਣਾ ਚਾਹੁੰਦੀ ਆ, ਚਾਹੇ ਕਾਂਗਰਸ ਹੈ, ਚਾਹੇ ਭਾਰਤੀ ਜਨਤਾ ਪਾਰਟੀ ਆ, ਅਤੇ ਚਾਹੇ ਬਾਕੀ ਜਿਹੜੀਆਂ ਸੂਬਾਈ ਪਾਰਟੀਆਂ ਨੇ ਉਹ ਵੀ ਇਸ ਮੁੱਦੇ ਨੂੰ ਵੋਟਾਂ 'ਚ ਕੈਸ਼ ਕਰਨਾ ਚਾਹੁੰਦੀਆਂ ਨੇ। ਹੋਰ ਤਾਂ ਹੋਰ, ਪੰਜਾਬ ਦੇ ਵਿੱਚ ਸੱਤਾਧਾਰੀ ਧਿਰ ਦੇ ਦੋ ਆਗੂ ਹੀ ਆਪਸ ਦੇ ਵਿੱਚ ਆਹਮੋ ਸਾਹਮਣੇ ਰਹਿੰਦੇ ਨੇ ਇਸ ਮਸਲੇ ਨੂੰ, ਚਾਹੇ ਉਹ ਨਵਜੋਤ ਸਿੰਘ ਸਿੱਧੂ ਨੇ ਅਤੇ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ। ਕਿਉਂਕਿ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਜਿਹੜੀ ਫੌਜ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਉਸ ਦੇ ਉੱਤੇ ਕਿਸੇ ਵੀ ਧਿਰ ਦੇ ਨੂੰ ਜਿਹੜਾ ਹੈ ਸਿਆਸੀ ਜਿਹੜਾ ਹੈ ਲਾਹਾ ਨਹੀਂ ਲੈਣ ਦੀ, ਸਿਆਸੀਕਰਨ ਨਹੀਂ ਕਰਨਾ ਚਾਹੀਦਾ ਹੈ। ਵਧਦੇ ਅਗਲੀ ਖਬਰ ਵੱਲ, ਕਿਸਾਨਾਂ ਅਤੇ ਮਜ਼ਦੂਰਾਂ ਦੇ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਪਿਛਲੇ 2 ਦਿਨਾਂ ਤੋਂ ਜਿਹੜੀ ਧਰਨਾ ਦਿੱਤਾ ਜਾ ਰਿਹਾ ਹੈ, ਖਾਸ ਕਰਕੇ ਜਲੰਧਰ ਅੰਮ੍ਰਿਤਸਰ ਰੇਲ ਮਾਰਗ ਦੇ ਉੱਤੇ ਉਹਨਾਂ ਦੇ ਵੱਲੋਂ ਦਿੱਤੇ ਗਏ ਧਰਨੇ ਦੇ ਕਾਰਨ ਰੇਲ ਵਿਭਾਗ ਨੂੰ 22 ਜਿਹੜੀਆਂ ਰੇਲ ਗੱਡੀਆਂ ਸੀ ਉਹਨਾਂ ਨੂੰ ਰੱਦ ਕਰਨਾ ਪਿਆ ਹੈ। ਧਰਨਾ ਹੈ, ਉਹਨਾਂ ਦੀਆਂ ਕੁਝ ਮੰਗਾਂ ਨੇ, ਸਰਕਾਰ ਕਿਉਂ ਨਹੀਂ ਉਹਨਾਂ ਤੱਕ ਪਹੁੰਚ ਕਰਦੀ, ਕਿਉਂਕਿ ਰੇਲਾਂ ਜਿਹੜੀਆਂ ਉਹਨਾਂ ਨੂੰ ਰੱਦ ਕਰਨ ਦੇ ਨਾਲ ਆਮ ਲੋਕ ਜਿਹੜੇ ਨੇ ਵੱਡੀ ਪੱਧਰ 'ਤੇ ਪਰੇਸ਼ਾਨ ਹੁੰਦੇ ਨੇ। ਇਹ ਦੋਨੇ ਤਰ੍ਹਾਂ ਗੱਲ ਆ,
ਕਿ ਹੁਣ ਲੋਕ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ, ਧਰਨੇ ਪ੍ਰਦਰਸ਼ਨਾਂ ਦਾ ਜਿਹੜਾ ਸੀਜ਼ਨ ਆ ਉਹ ਵੀ ਸਿਖਰਾਂ ਵੱਲ ਨੂੰ ਵੱਧ ਰਿਹਾ ਆ। ਜੇ ਅਸੀਂ ਕਿਸਾਨ ਸਿਰਫ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਵੱਡੇ ਕਿਸਾਨ ਅੰਦੋਲਨ ਹੋ ਚੁੱਕੇ ਨੇ ਦਿੱਲੀ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ। ਮੁੱਖ ਮੰਗ ਜਿਹੜੀ ਕਿਸਾਨਾਂ ਦੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਹੈਗੀ ਆ, ਜਿਹਦੇ ਤੋਂ ਕੇਂਦਰ ਸਰਕਾਰ ਮੁਨਕਰ ਹੋਈ ਪਈ ਆ, ਭੱਜਦੀ ਆ ਜੀ। ਉਹਦੇ ਉਲਟ ਦਾਅਵੇ ਇਹ ਕੀਤੇ ਜਾਂਦੇ ਨੇ ਵੀ ਕਿਸਾਨਾਂ ਦੀ ਆਮਦਨ ਜਿਹੜੀ ਆ ਦੁੱਗਣੀ ਕਰਨ ਦੇ ਲਈ ਹੀਲੇ ਵਸੀਲੇ ਕੀਤੇ ਜਾ ਰਹੇ ਨੇ। ਕਿਸਾਨਾਂ ਦੀ ਜੇਬ ਦੇ ਵਿੱਚ ਜਿਹੜੇ ਖਾਤਿਆਂ ਦੇ ਵਿੱਚ ਜਿਹੜੇ ਪੈਸੇ ਆ 6,000 ਰੁਪਈਆ ਸਾਲਾਨਾ, ਉਹ ਆਪਣੇ ਆਪ ਚਲੇ ਜਾਣਗੇ, ਉਹਦੀ ਪਹਿਲੀ ਕਿਸ਼ਤ ਪਾ ਵੀ ਦਿੱਤੀ ਗਈ ਆ। ਇਹ ਸਾਰਾ ਕੁਛ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਵਿੱਚ ਇੱਕ ਕਨਫਲਿਕਟ ਹੈ, ਇੱਕ ਵਿਰੋਧ ਦਾ ਵੱਡਾ ਕਾਰਨ ਹੈ। ਦੂਜੇ ਪਾਸੇ ਕਿਸਾਨੀ ਦੀਆਂ ਜਿਹੜੀਆਂ ਹੋਰ ਮੰਗਾਂ ਨੇ ਜਿਹਨਾਂ 'ਚ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਆ, ਘੱਟੋ ਘੱਟ ਸਮਰਥਨ ਮੁੱਲ ਦੀ ਗੱਲ ਆ, ਗੰਨੇ ਦੀ ਬਕਾਇਆ ਰਾਸ਼ੀ ਦੀ ਗੱਲ ਆ, ਬਿਜਲੀ ਬਿੱਲਾਂ ਨੂੰ ਮਾਫ਼ ਕਰਨ ਦੀ ਗੱਲ ਹੈ, ਇੱਦਾਂ ਦੇ ਜਿਹੜੇ ਨੁਕਤੇ ਆ ਉਹਨੂੰ ਲੈ ਕੇ ਵੀ ਕਿਸਾਨ ਇਸ ਵੇਲੇ ਪੂਰੀ ਤਰ੍ਹਾਂ ਭੱਖੇ ਹੋਏ ਨੇ। ਅਤੇ ਉਹ ਉਹਨਾਂ ਨੇ ਅੰਮ੍ਰਿਤਸਰ ਦਿੱਲੀ ਜਿਹੜਾ ਰੇਲ ਟਰੈਕ ਆ ਉਹਨੂੰ ਜਾਮ ਕਰ ਦਿੱਤਾ, ਜਿਹਦੇ ਨਾਲ ਕਾਫ਼ੀ ਗੱਡੀਆਂ ਦੇ ਰੂਟ ਬਦਲ ਦਿੱਤੇ ਗਏ ਅਤੇ ਕਾਫ਼ੀ ਗੱਡੀਆਂ ਜਿਹੜੀਆਂ ਰੱਦ ਕਰਨੀਆਂ ਪਈਆਂ ਜੀ। ਮਸਲਾ ਇਹ ਆ ਕਿ ਨਾ ਤਾਂ ਇਹਦੇ 'ਤੇ ਸਰਕਾਰ ਗੰਭੀਰ ਆ ਅਤੇ ਨਾ ਹੀ ਕਿਸਾਨ ਗੰਭੀਰ ਆ। ਕਿਸਾਨਾਂ ਨੂੰ ਜੇ ਲੱਗਦਾ ਕਿ ਉਹਨਾਂ ਨੂੰ ਆਪਣੀ ਹੱਕੀ ਮੰਗਾਂ ਮਨਵਾਉਣੀਆਂ ਜ਼ਰੂਰੀ ਨੇ ਤਾਂ ਉਹਦੇ ਲਈ ਉਹਨਾਂ ਕੋਲ ਹੋਰ ਵਸੀਲੇ ਵੀ ਤਾਂ ਕੀਤੇ ਜਾ ਸਕਦੇ ਕਿ ਤਾਂ ਕਿ ਲੋਕਾਂ ਨੂੰ ਘੱਟ ਤੋਂ ਘੱਟ ਖੱਜਲ ਖਰਾਬੀ ਹੋਵੇ। ਸਰਕਾਰਾਂ ਨੂੰ ਖੱਜਲ ਕਰਨ ਦੇ ਨਾਂ ਹੇਠ ਲੋਕਾਂ ਨੂੰ ਹੀ ਖੱਜਲ ਕੀਤਾ ਜਾਂਦਾ ਆ। ਹੁਣ ਤਾਂ ਇਹ ਚਾਹੀਦਾ ਵੀ ਜਿਹੜੇ ਸੱਤਾਧਾਰੀ ਧਿਰ ਆ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਵੇ, ਉਹਨਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਣ, ਸਰਕਾਰ ਨੂੰ ਪਰੇਸ਼ਾਨੀ 'ਚ ਪਾਉਣ ਦੇ ਲਈ ਉੱਦਾਂ ਦੇ ਕਦਮ ਚੁੱਕੇ ਜਾਣ। ਪਰ ਕਿਸਾਨ ਜਿਹੜਾ ਆ ਉਹ ਈਜ਼ੀ ਟਾਰਗੇਟ ਲੱਭ ਲੈਂਦੇ ਆ, ਜਿਹਦੇ ਕਰਕੇ ਖਰਾਬ ਜਿਹੜੇ ਨੇ ਲੋਕ ਹੁੰਦੇ ਨੇ। ਦੂਜੀ ਗੱਲ, ਇਸ ਗੱਲ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਵੀ ਜਨ ਹਿੱਤ ਯਾਚਕਾ ਜਿਹੜੀ ਆ ਜਿਹਨੂੰ ਅਸੀਂ PIL ਕਹਿੰਦੇ ਆ ਉਹ ਵੀ ਪੈ ਗਈ ਹੈ, ਅਤੇ ਜਿਹਦੇ 'ਤੇ ਹਾਈ ਕੋਰਟ ਨੇ ਸਰਕਾਰ ਨੂੰ ਅਤੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਕੱਢਿਆ ਵੀ ਤੁਸੀਂ ਇਹ ਜਾਇਜ਼ ਕੰਮ ਕਰ ਨਹੀਂ ਕਰ ਰਹੇ। ਬਿਲਕੁਲ, ਕਿਸਾਨ ਮਜ਼ਦੂਰਾਂ ਦੀਆਂ ਹੀ ਮੰਗਾਂ ਨੇ, ਵੱਖ ਵੱਖ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਕੱਚੇ ਮੁਲਾਜ਼ਮ ਨੇ ਉਹ ਵੀ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਹੈ ਪਟਿਆਲਾ ਦੇ ਵਿੱਚ ਧਰਨਾ ਕਰ ਲਾ ਰਹੇ ਨੇ। ਔਰ 2-3 ਦਿਨ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਕੁਝ ਨਰਸਾਂ ਨੇ ਜਿਹੜਾ ਸੀਗਾ 6ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ, ਗੰਭੀਰ ਜ਼ਖਮੀ ਹੋ ਗਈਆਂ। ਹੁਣ ਵੀ ਕਈ ਜਿਹੜੇ ਮੁਲਾਜ਼ਮ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਛੱਤਾਂ 'ਤੇ ਚੜ੍ਹੇ ਨੇ, ਟੈਂਕੀਆਂ 'ਤੇ ਚੜ੍ਹੇ ਹੋਏ ਨੇ। ਸਰਕਾਰ ਕਿਉਂ ਨਹੀਂ ਮੌਕੇ ਸਿਰ ਜਾ ਕੇ ਇਹਨਾਂ ਦੇ ਨਾਲ ਗੱਲ ਕਰਦੀ ਤਾਂ ਕਿ ਇਹੋ ਜਿਹੀ ਨੌਬਤ ਜਿਹੜੀ ਉਹ ਨਾ ਆਵੇ? ਇੱਕ ਬਾਂਸਲ ਸਾਹਿਬ, ਸੋਸ਼ਲ ਮੀਡੀਆ 'ਤੇ ਬੜਾ ਜੁਮਲਾ ਚੱਲਦਾ ਰਿਹਾ ਆ ਕਿ 5 ਸਾਲ ਦੀਆਂ ਤੋਂ ਬਾਅਦ ਜਿਹੜੀ ਵੋਟਾਂ ਦੀ ਕਸਰਤ ਹੁੰਦੀ ਆ ਜੀ, ਉਹਦੇ ਉਹ ਜਿਹੜੀ ਕਸਰਤ ਦੇ ਵਿੱਚ ਇੱਕ ਸਰਕਾਰ ਚੁਣੀ ਜਾਂਦੀ ਆ। ਕਹਿੰਦੇ ਲੋਕ ਸਿਰਫ ਇਸ ਕਰਕੇ ਸਰਕਾਰ ਚੁਣਦੇ ਆ ਕਿ ਉਹਨਾਂ ਨੂੰ ਜਿਹੜੀ ਸੱਤਾਧਾਰੀ ਧਿਰ ਆ ਉਹ ਇਹ ਬਾਅਦ ਵਿੱਚ ਆ ਕੇ ਦੱਸੇ ਵੀ ਸਾਡਾ ਖਜ਼ਾਨਾ ਖਾਲੀ ਆ। ਕਹਿੰਦੇ ਵੀ ਸਰਕਾਰ ਸਿਰਫ ਇਸ ਕਰਕੇ ਥੋੜ੍ਹਾ ਚੁਣੀ ਜਾਂਦੀ ਹੈ ਵੀ ਉਹ ਆ ਕੇ ਲੋਕਾਂ ਨੂੰ ਇਹ ਕਹੇ ਵੀ ਸਾਡਾ ਖਜ਼ਾਨਾ ਖਾਲੀ ਆ। ਸਰਕਾਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ, ਲੋਕਾਂ ਦੇ ਪ੍ਰਤੀ ਜਿਹੜੀ ਜਵਾਬਦੇਹੀ ਆ, ਸਰਕਾਰ ਉਹਨਾਂ ਤੋਂ ਭੱਜ ਜਾਂਦੀ ਆ ਸੱਤਾ ਤੋਂ ਆਉਣ ਤੋਂ ਬਾਅਦ। ਉਹਨਾਂ ਦਾ ਮੁੱਖ ਕੰਮ ਰਹਿ ਜਾਂਦੇ ਆਪਣੇ ਬੰਦਿਆਂ ਨੂੰ ਐਡਜਸਟ ਕਰਨਾ, ਕਿਸੇ ਨੂੰ OSD ਲਾ ਦਿਉ, ਕਿਸੇ ਨੂੰ ਚੇਅਰਮੈਨ ਲਾ ਦਿਉ, ਕਿਸੇ ਨੂੰ ਕੋਈ ਅਹੁਦਾ ਦੇ ਦਿਉ ਅਤੇ ਕਿਸੇ ਨੂੰ ਕੋਈ ਅਹੁਦਾ ਦੇ ਦਿਉ, ਜਿਹਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਹਮੇਸ਼ਾ ਹਾਸ਼ੀਆਗ੍ਰਸਤ ਰਹੇ ਨੇ। ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਹਮੇਸ਼ਾ ਦਰਕਿਨਾਰ ਕੀਤਾ ਗਿਆ। ਪਿਛਲੀ ਅਕਾਲੀ ਭਾਜਪਾ ਸਰਕਾਰ ਨੇ 10 ਸਾਲ ਰਾਜ ਕੀਤਾ ਅਤੇ 10 ਸਾਲ ਦੇ ਵਿੱਚ ਮੁਲਾਜ਼ਮਾਂ ਨੇ ਖਾਸੀਆਂ ਉਹਨਾਂ ਕੋਲ ਡਾਂਗਾਂ ਖਾਧੀਆਂ ਨੇ, ਉਹ ਵੀ ਟੈਂਕੀਆਂ 'ਤੇ ਚੜ੍ਹਦੇ ਰਹੇ ਨੇ। ਜਾਂਦੇ ਜਾਂਦੇ ਉਹ ਇੱਕ ਚੰਗਾ ਕੰਮ ਕਰ ਗਏ ਕਿ ਸੂਬੇ ਦੇ ਜਿਹੜੇ 27,000 ਕੱਚੇ ਮੁਲਾਜ਼ਮ ਸੀਗੇ, ਠੇਕੇ ਵਾਲੇ ਮੁਲਾਜ਼ਮ ਸੀ, ਉਹਨਾਂ ਨੂੰ ਪੱਕਾ ਕਰ ਗਏ। ਪਰ ਸੱਤਾ ਬਦਲ ਗਈ, ਕਾਂਗਰਸ ਸੱਤਾ ਦੇ ਵਿੱਚ ਆ ਗਈ, ਹੁਣ 2 ਸਾਲ ਹੋ ਗਏ ਆ ਕਾਂਗਰਸ ਨੂੰ ਸੱਤਾ ਦੇ ਵਿੱਚ, ਜਿਹਦੇ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਅਤੇ ਸਰਕਾਰ ਖਾਲੀ ਖਜ਼ਾਨੇ ਦਾ ਰੌਲਾ ਪਾਉਂਦੀ ਆ ਰਹੀ ਆ। ਹੁਣ ਇਹ ਵੀ ਮੁਲਾਜ਼ਮ, ਚਾਹੇ ਉਹ ਸਫਾਈ ਮੁਲਾਜ਼ਮ ਨੇ, ਚਾਹੇ ਨਰਸਾਂ ਨੇ, ਚਾਹੇ ਅਧਿਆਪਕ ਨੇ, ਚਾਹੇ ਬੇਰੁਜ਼ਗਾਰ ਨੇ ਅਤੇ ਚਾਹੇ ਕਿਸੇ ਹੋਰ ਵਿਭਾਗਾਂ ਦੇ ਜਿਹੜੇ ਮੁਲਾਜ਼ਮ ਨੇ ਉਹ ਨੇ, ਉਹ ਕੋਈ ਟੈਂਕੀਆਂ 'ਤੇ ਚੜ੍ਹ ਜਾਂਦੇ ਨੇ, ਕੋਈ ਪਟਿਆਲੇ ਧਰਨੇ ਜਾ ਕੇ ਲਾ ਲੈਂਦੇ, ਕੋਈ ਮੰਤਰੀਆਂ ਦੇ ਕੋਠੀਆਂ ਦੇ ਬਾਹਰ ਧਰਨਾ ਲਾ ਰਹੇ ਨੇ, ਕੋਈ ਜ਼ਿਲ੍ਹਾ ਪੱਧਰ 'ਤੇ ਧਰਨੇ ਲਾ ਰਹੇ ਨੇ। ਇਹ ਸਰਗਰਮੀ ਇਹਨਾਂ ਦਿਨਾਂ ਦੇ ਵਿੱਚ ਖਾਸੀ ਵਧੀ ਹੋਈ ਆ, ਕਿਉਂਕਿ ਲੋਕ ਸਭਾ ਚੋਣਾਂ ਸਿਰ 'ਤੇ ਨੇ। ਇਹ ਇੱਕ ਪ੍ਰੈਸ਼ਰ
ਟੈਕਟਿਕਸ ਹੈਗਾ ਆ ਮੁਲਾਜ਼ਮਾਂ ਦਾ, ਤਾਂ ਕਿ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਈਆਂ ਜਾ ਸਕਣ, ਸਰਕਾਰ ਕਿਰਕਰੀ ਤੋਂ ਬਚਣ ਦੇ ਲਈ ਇਹਨਾਂ ਨੂੰ ਉਮੀਦ ਆ ਵੀ ਕੁਛ ਨਾ ਕੁਛ ਇਹਨਾਂ ਦੇ ਹੱਕ ਦੇ ਵਿੱਚ ਕਰ ਦੂਗਾ। ਪਰ ਸਰਕਾਰ ਲਈ ਕਿਸੇ ਵੀ ਸੂਰਤ ਹਾਲ ਇਹ ਚੰਗੀ ਗੱਲ ਨਹੀਂ ਕਹੀ ਜਾ ਸਕਦੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਇੰਨਾ ਲਟਕਾ ਕੇ ਮੰਨਿਆ ਜਾਂਦਾ ਹੈ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਕਿ ਲੋਕ ਸਭਾ ਚੋਣਾਂ ਸਿਰ 'ਤੇ ਨੇ, ਜਿੱਥੇ ਮੁਲਾਜ਼ਮ ਪ੍ਰੈਸ਼ਰ ਪਾ ਰਹੇ ਨੇ ਸਰਕਾਰਾਂ ਦੇ ਉੱਤੇ, ਉੱਥੇ ਸਰਕਾਰਾਂ ਦੇ ਵੱਲੋਂ ਵੀ ਕੋਈ ਨਾ ਕੋਈ ਇਸ ਮੌਕੇ ਦੇ ਉੱਤੇ ਜਾ ਕੇ ਕਦਮ ਜਿਹੜਾ ਪੁੱਟਿਆ ਜਾਂਦਾ ਹੈ। ਅੱਜ ਖਬਰ ਹੈ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ, ਔਰ ਉਸ ਦੇ ਵਿੱਚ ਸੰਭਾਵਨਾ ਹੈ ਕਿ ਇਹ ਕੱਚੇ ਮੁਲਾਜ਼ਮ ਜਿਹੜੇ ਨੇ ਇਹਨਾਂ ਨੂੰ ਪੱਕਿਆਂ ਕਰਨ ਦੇ ਵਾਸਤੇ ਕੋਈ ਨਾ ਕੋਈ ਫੈਸਲਾ ਜਿਹੜਾ ਹੈ ਉਹ ਲਿਆ ਜਾ ਸਕਦਾ ਹੈ, ਜਿਸ ਤਰ੍ਹਾਂ ਅੱਜ ਦੀਆਂ ਖਬਰਾਂ ਜਿਹੜੀਆਂ ਉਹ ਦੱਸ ਰਹੀਆਂ। ਬਿਲਕੁਲ, ਜਾਪਦਾ ਹੈ ਕਿ ਕੁਛ ਹੋ ਜਾਏਗਾ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖ ਜੀ। ਬਿਲਕੁਲ, ਖਾਸ ਤੌਰ 'ਤੇ ਇਹਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਕੈਬਨਿਟ ਦੀ ਜਦੋਂ ਮੀਟਿੰਗ ਹੋਈ ਸੀ ਉਹਦੇ ਵਿੱਚ ਇੱਕ ਫੈਸਲਾ ਲਿਆ ਜਾਣਾ ਸੀ ਜਿਹੜਾ ਨਹੀਂ ਲਿਆ ਗਿਆ। ਉਹਦੇ ਵਿੱਚ ਜਿਹੜੇ ਪੰਜਾਬ ਦੇ ਜਿਹੜੇ ਕੱਚੇ ਅਧਿਆਪਕ ਨੇ, ਜਿਹਨੂੰ 51-78 ਅਧਿਆਪਕ ਕਹਿੰਦੇ ਨੇ, ਉਹਨਾਂ ਨੂੰ ਪੱਕੇ ਕਰਨ ਦਾ ਮਾਮਲਾ ਰੱਖਿਆ ਗਿਆ ਸੀ। ਉਹ ਕਾਫੀ ਦੇਰ ਤੋਂ ਉਹਨਾਂ ਨੇ ਕਾਫੀ ਵੱਡੀ ਸਟਰਗਲ ਪਖਾਈ ਹੋਈ ਆ ਸੂਬੇ ਦੇ ਵਿੱਚ, ਉਹਨਾਂ ਨੇ ਸਰਕਾਰ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ। ਉਹਨਾਂ ਨੇ ਸਿੱਖਿਆ ਵਿਭਾਗ ਦੇ ਵਿੱਚ ਸਿੱਖਿਆ ਸਕੱਤਰ ਤੋਂ ਲੈ ਕੇ ਸਿੱਖਿਆ ਮੰਤਰੀ ਅਤੇ ਮੁੱਖ ਮੰਤਰੀ ਤੱਕ ਨੂੰ ਪਰੇਸ਼ਾਨ ਕੀਤਾ ਹੋਇਆ, ਕਿਉਂਕਿ ਇਹਦੇ ਵਿੱਚ ਜਿਹੜੀ ਅਧਿਆਪਕ ਤਾਲਮੇਲ ਕਮੇਟੀ ਆ ਉਹਦੇ ਤਹਿਤ ਸੂਬੇ ਦੇ ਜਿਹੜੇ 125,000 ਅਧਿਆਪਕ ਨੇ ਸਰਕਾਰ ਦੇ ਖਿਲਾਫ ਸਿੱਧੇ ਸਿੱਧੇ ਰੂਪ ਦੇ ਵਿੱਚ ਆ ਖੜ੍ਹੇ ਹੋਏ ਨੇ। ਸਰਕਾਰ ਲਈ ਇਹ ਪਰੇਸ਼ਾਨੀ ਦਾ ਸਬੱਬ ਬਣੇ ਹੋਇਆ ਕਿ ਇਹਨਾਂ ਅਧਿਆਪਕਾਂ ਨੂੰ ਪੱਕੇ ਕਿੱਦਾਂ ਕਰਨਾ। ਉਸ ਮਸਲੇ 'ਤੇ ਫੈਸਲਾ ਹੋ ਸਕਦਾ ਸੀਗਾ ਦੋ ਤਿੰਨ ਦਿਨ ਪਹਿਲਾਂ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ, ਪਰ ਬਾਕੀ ਮੰਤਰੀ ਅੜ ਗਏ। ਉਹ ਕਹਿੰਦੇ ਵੀ ਜੇ ਤੁਸੀਂ ਸਿਰਫ ਅਧਿਆਪਕਾਂ ਨੂੰ ਪੱਕੇ ਕਰੋਗੇ ਤਾਂ ਜਿਹੜੇ ਸਾਡੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਨੇ ਉਹ ਸਾਡੇ ਗਲ ਪੈਣਗੇ, ਉਹ ਸਾਨੂੰ ਪੁੱਛਣਗੇ ਕਿ ਸਾਨੂੰ ਕਿਉਂ ਨਹੀਂ ਪੱਕਾ ਕੀਤਾ ਜਾ ਰਿਹਾ ਜੇ ਅਧਿਆਪਕਾਂ ਨੂੰ ਪੱਕਾ ਕੀਤਾ ਜਾ ਸਕਦਾ। ਇਸ ਕਰਕੇ ਮੰਤਰੀ ਮੰਡਲ ਦੀ ਕੋਈ ਆਮ ਸਹਿਮਤੀ ਨਾ ਬਣਨ ਕਰਕੇ ਉਦਣ ਰਹਿ ਗਏ। ਇਸ ਮਸਲੇ 'ਤੇ ਕੱਲ੍ਹ ਮੀਟਿੰਗ ਹੋਣੀ ਸੀ ਕੈਬਨਿਟ ਦੀ, ਜਿਹੜੀ ਨਹੀਂ ਹੋ ਸਕੀ, ਉਹ ਅੱਜ ਹੋਣ ਦੀ ਸੰਭਾਵਨਾ ਹੈਗੀ ਆ ਮੀਟਿੰਗ ਜੇ ਕੈਂਸਲ ਨਾ ਹੋਈ। ਅਤੇ ਉਸ ਅੱਜ ਜਿਹੜੀ ਮੀਟਿੰਗ ਹੋਣ ਵਾਲੀ ਆ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜੇ ਅਧਿਆਪਕ ਉਹਦੇ ਵਿੱਚ 51-78 ਜਿਹੜੇ ਕੱਚੇ ਮੁਲਾਜ਼ਮ ਅਧਿਆਪਕ ਨੇ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਹੋ ਸਕਦੀ ਆ। ਅਤੇ ਨਾਲ ਦੀ ਨਾਲ ਹੋ ਸਕਦਾ ਵੀ ਕੁਛ ਇੱਕ ਵਿਭਾਗਾਂ ਦੇ ਹੋਰ ਕੱਚੇ ਮੁਲਾਜ਼ਮਾਂ ਨੂੰ ਵੀ ਪੱਕਾ ਕਰ ਦਿੱਤਾ ਜਾਵੇ, ਇਹ ਸੰਭਾਵਨਾਵਾਂ ਉਮੀਦ ਰੱਖੀ ਜਾਣੀ ਚਾਹੀਦੀ ਹੈ ਕਿ ਕੈਬਨਿਟ ਦੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਜ਼ਰੂਰ ਆਏਗਾ। ਸਮਾਂ ਸਾਡੇ ਪ੍ਰੋਗਰਾਮ ਦਾ ਇੱਥੇ ਖਤਮ ਹੋ ਰਿਹਾ, ਸੋ ਇਸ ਦੀ ਚਰਚਾ ਨੂੰ ਵੀ ਅਸੀਂ ਇੱਥੇ ਵਿਰਾਮ ਦਿੰਦੇ ਹਾਂ। ਅਰੁਣਦੀਪ ਜੀ, ਤੁਸੀਂ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ, ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ, ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।